ਪੰਜਾਬੀ ਵਾਈਟਬੋਰਡ ਪ੍ਰੈਜ਼ੈਂਸ ਨਾਟਕ ਕਾਂ ਤੇ ਚਿੜੀ ਸਤਿ ਸ੍ਰੀ ਅਕਾਲ ਜੀ ਪੇਸ਼ ਹੈ ਨਾਟਕ ਕਾਂ ਤੇ ਚਿੜੀ ਇਸ ਲੋਕ ਕਥਾ ਦਾ ਨਾਟਕੀ ਰੂਪਾਂਤਰ ਸੈਮੂਅਲ ਜੌਨ ਨੇ ਕੀਤਾ ਹੈ ਇੱਕ ਕਹਾਣੀ ਹੈ ਇੱਕ ਮਿਹਨਤੀ ਚਿੜੀ ਦੀ ਤੇ ਇੱਕ ਆਲਸੀ ਤੇ ਕਿਰਤੀ ਲੁੱਟ ਕਰਨ ਵਾਲੇ ਕਾਂ ਦੀ ਇੱਕ ਚਿੜੀ ਨੂੰ ਕਿਤੋਂ ਕਣਕ ਦਾ ਦਾਣਾ ਲੱਭ ਜਾਂਦਾ ਹੈ ਤੇ ਇੱਕ ਚਿੜੀ ਬਹੁਤ ਖੁਸ਼ ਹੁੰਦੀ ਹੈ ਮਿਲ ਗਿਆ ਵੇ ਮਿਲ ਗਿਆ ਦੱਦਾ ਦਾਣਾ ਮਿਲ ਗਿਆ ਕਾਂ ਵੀਰੇ ਨੂੰ ਦੱਸੂਗੀ ਹੱਸੂਗੀ ਮੈਂ ਨੱਚੂਗੀ ਕਾਂ ਵੀਰੇ ਨੂੰ ਦੱਸੂਗੀ ਉਹ ਉੜਦੀ ਉੜਦੀ ਕਾਂ ਕੋਲੇ ਪਹੁੰਚ ਜਾਂਦੀ ਹੈ ਕਾਂ ਵੀਰਾ ਵੇ ਕਾਂ ਵੀਰਾ ਮੈਂ ਦਾਣਾ ਲੱਭ ਲਿਆਈ ਹਾਂ ਸਿੱਧਾ ਤੇਰੇ ਕੋਲ ਆਈ ਹਾਂ ਕਿਉਂ ਨਾ ਚੱਲ ਕੇ ਬੀਜੀਏ ਪਰ ਬਹਾਨੇ ਬਾਜ ਕਾਂ ਬਹਾਨੇ ਬਣਾਉਂਦਾ ਹਾਏ ਨੀ ਪੈਣ ਰਾਜ ਦੁਲਾਰੀਏ ਜਾਨੋ ਵੱਧ ਪਿਆਰੀਏ ਮੇਰੀ ਟਿੱਕੂ ਹੁੰਦੀ ਪੀੜ ਮੇਰੀ ਤਾਂ ਹੋਈ ਪਈ ਅਖੀਰ ਤੂੰ ਚੱਲ ਮੈਂ ਆਉਂਗਾ ਪੈਰੀ ਮੋਜੇ ਪਾਉਂਗਾ ਮੈਂ ਠੁੰਮ ਠੁੰਮ ਕਰਦਾ ਆਉਂਗਾ ਚਿੜੀ ਇਕੱਲੀ ਹੀ ਖੇਤ ਵਿੱਚ ਪਹੁੰਚ ਜਾਂਦੀ ਹੈ ਖੇਤ ਨੂੰ ਤਿਆਰ ਕਰਦੀ ਹੈ ਤੇ ਦਾਣਾ ਬੀਜ ਦਿੰਦੀ ਹੈ ਚਲ ਵੀ ਕਣਕ ਦੇ ਆਦਾਨ ਆ ਤੈਨੂੰ ਮਿੱਟੀ ਪੁੱਟ ਮੈਂ ਬੀਜ ਦਿਆਂ ਵੀਰ ਮੇਰਾ ਆਊਗਾ ਆ ਕੇ ਹੱਥ ਵਟਾਊਗਾ ਦੋਵੇਂ ਸ਼ਗਨ ਮਨਾਵਾਂਗੇ ਨੱਚ ਨੱਚ ਭੰਗੜੇ ਪਾਵਾਂਗੇ ਪਰ ਕਾਂ ਖੇਤ ਨਹੀਂ ਪਹੁੰਚਦਾ ਵਾਪਸ ਆ ਕੇ ਚਿੜੀ ਕਾਂ ਨੂੰ ਖੇਤ ਵਿੱਚ ਨਾ ਆਉਣ ਬਾਰੇ ਸਵਾਲ ਪੁੱਛਦੀ ਹੈ ਕਾਂ ਵਿਰਾਵੇ ਕਾਂ ਵਿਰਾ ਮੈਂ ਤਾਂ ਕਣਕ ਬੀਜ ਵੀ ਆਈ ਪਰ ਤੂੰ ਕਾ ਤੋ ਨਹੀਂ ਆਇਆ ਖੈ ਨਹੀਂ ਭੈਣੇ ਮੇਰੀ ਇਹ ਮੇਰੇ ਟਿੱਡੇ ਨੇ ਮੈਨੂੰ ਬਹੁਤ ਸਤਾਇਆ ਮੈਂ ਇਸੇ ਕਰਕੇ ਨਹੀਂ ਆਇਆ ਹੁਣ ਤਾਂ ਵੀਰੇ ਠੀਕ ਹੈ ਹਾਂ ਪਹਿਲਾਂ ਨਾਲੋਂ ਤਾਂ ਫਰਕ ਹੈ ਸਮਾਪਾ ਕੇ ਫਸਲ ਉੱਗ ਆਉਂਦੀ ਹੈ ਫਸਲ ਵਿੱਚ ਕਾ ਹੋ ਜਾਂਦਾ ਹੈ ਤੇ ਉਹ ਪਾਣੀ ਵੀ ਮੰਗਦੀ ਹੈ ਚਿੜੀ ਫੇਰ ਜਾ ਕੇ ਕਾਂ ਦੇ ਤਰਲੇ ਕਰਦੀ ਹੈ ਕਾਂ ਵੀਰਾਵੇ ਕਾਂ ਵੀਰਾ ਕਣ ਕਿੰਨੀ ਵੱਡੀ ਹੋਗੀ ਚੱਲ ਆਪਾਂ ਗੁੱਡੀ ਆਈਏ ਨਾਲੇ ਪਾਣੀ ਵੀ ਲਾਈਏ ਤੂੰ ਚੱਲ ਚਿੜੀ ਮੈਂ ਆਉਂਦਾ ਹਾਂ ਪਹਿਲਾਂ ਰੱਬ ਦਾ ਨਾਮ ਤੇ ਆਉਂਦਾ ਹਾਂ ਉਹਦੇ ਨਾਲ ਸੁਰਤੀ ਲਾਉਂਦਾ ਹਾਂ ਤੂੰ ਚੱਲ ਮੈਂ ਆਉਂਗਾ ਪੈਰੀ ਮੋਝੇ ਪਾਉਂਗਾ ਮੈਂ ਠੁੰਮ ਠੁੰਮ ਕਰਦਾ ਆਉਂਗਾ ਚਿੜੀ ਫੇਰ ਇਕੱਲੀ ਹੀ ਜਾ ਕੇ ਖੇਤ ਵਿੱਚ ਗੋਡੀ ਕਰਦੀ ਹੈ ਤੇ ਖੇਤ ਨੂੰ ਪਾਣੀ ਦਿੰਦੀ ਹੈ ਕਣਕਾਂ ਚਿੜੀ ਤੋਂ ਸਵਾਲ ਪੁੱਛਦੀਆਂ ਹਨ ਚਿੜੀਏ ਨੀ ਚਿੜੀਏ ਤੇਰਾ ਵੀਰ ਨਹੀਂ ਆਇਆ ਉਹ ਤਾਂ ਬਾਅਦ 'ਚ ਆਊਗਾ ਆ ਕੇ ਹੱਥ ਵਟਾਊਗਾ ਓਨੀ ਦੇਰ ਮੈਂ ਕੱਲੀ ਗੁੱਡੂਂਗੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਸਾਟ ਨਹੀਂ ਲੱਗਣ ਦੇਉਂਗੀ ਪਰ ਕਾਂ ਫੇਰ ਖੇਤ ਨਹੀਂ ਪਹੁੰਚਦਾ ਹੌਲੀ-ਹੌਲੀ ਕਣਕਾਂ ਤੇ ਬੂਰ ਪੈ ਜਾਂਦਾ ਹੈ ਕਣਕਾਂ ਸੁਨਹਿਰੀ ਹੋ ਜਾਂਦੀਆਂ ਹਨ ਤੇ ਪੱਕ ਜਾਂਦੀਆਂ ਹਨ ਚਿੜੀ ਨੂੰ ਚਾਹ ਚੜ ਜਾਂਦਾ ਹੈ ਉਹ ਇੰਨਾ ਕਣਕਾ ਤੇ ਆ ਗਿਆ ਬੂਰ ਮਿਨ ਗੋਡੇ ਗੋਡੇ ਚੜਿਆ ਨੂਰ ਰੱਜ ਰੱਜ ਕੇ ਅਸੀਂ ਖਾਵਾਂਗੇ ਖਾਵਾਂਗੇ ਤੇ ਸ਼ਗਨ ਮਨਾਵਾਂਗੇ ਚਿੜੀ ਕਾਂ ਨੂੰ ਜਾ ਕੇ ਫਸਲ ਦੇ ਪੱਕਣ ਦੀ ਸੂਚਨਾ ਦਿੰਦੀ ਹੈ ਤੇ ਕਾਂ ਨੂੰ ਨਾਲ ਚੱਲ ਕੇ ਕਣਕ ਵੱਢਣ ਤੇ ਕੱਢਣ ਲਈ ਕਹਿੰਦੀ ਹੈ ਪਰ ਕਾਂ ਦਾ ਫੇਰ ਉਹੀ ਹਾਲ ਕਾਂ ਵੀਰਾ ਵੇ ਕਾਂ ਵੀਰਾ ਚੱਲੇ ਆਪਾਂ ਕਣਕ ਵਾਟੇ ਆਈਏ ਵਾਟੇ ਆਈਏ ਤੇ ਕਾਢੇ ਆਈਏ ਰੱਜ ਰੱਜ ਕੇ ਅਸੀਂ ਖਾਵਾਂਗੇ ਖਾਵਾਂਗੇ ਤੇ ਸ਼ਗਨ ਮਨਾਵਾਂਗੇ ਹਾਏ ਨਹੀਂ ਪਹਿਣੇ ਮੇਰੀ ਏ ਮੇਰੀ ਅੱਖਾਂ ਦੇ ਵਿੱਚ ਟੀਰ ਨਹੀਂ ਤੇਰਾ ਬਾਹਲਾ ਔਖਾ ਵੀਰ ਨਹੀਂ ਮੇਰੀ ਹੋਈ ਪਈ ਅਖੀਰ ਨਹੀਂ ਹਾਏ ਨਹੀਂ ਮੇਰਾ ਸਰ ਗਿਆ ਹਾਏ ਨਹੀਂ ਮੈਂ ਮਰ ਗਿਆ ਕਾਂ ਵੀਰਾ ਵੇ ਕਾਂ ਵੀਰਾ ਦਿਲ ਥੋੜਾ ਕਿਉ ਕਰਦਾ ਏ ਐਵੇਂ ਹਾਵੇਂ ਹੋ ਕੇ ਭਰਦਾ ਏ ਪਾਣੀ ਦੇ ਛਿੱਟੇ ਮਾਰ ਲੈ ਅੱਖਾਂ ਨੂੰ ਤੂੰ ਠਾਰ ਲੈ ਪਾਣੀ ਨਾਲ ਕਿੱਥੇ ਲੋਟ ਆਉਣਾ ਮੈਂ ਡਾਕਟਰ ਨੂੰ ਜਾ ਦਿਖਾਉਣਾ ਤੂੰ ਚੱਲ ਮੈਂ ਆਉਂਗਾ ਪੈਰੀ ਮੁੱਝੇ ਪਾਉਂਗਾ ਮੈਂ ਠੁੰਮ ਠੁੰਮ ਕਰਦਾ ਆਉਂਗਾ ਚੰਗਾ ਵਿਰਾ ਮੈਂ ਵੱਟੇ ਆਉਣੀ ਹਾਂ ਕਣਕ ਵਟ ਕੇ ਕੱਢ ਵੀ ਓਨੀ ਹਾਂ ਤੂੰ ਬਾਤ ਤੇ ਆ ਜਾਵੀਂ ਆ ਕੇ ਕਣਕ ਵੰਡਾ ਜਾਵੀਂ ਚੀੜੀ ਕੱਲੀ ਹੀ ਖੇਤ ਵਿੱਚ ਪਹੁੰਚ ਜਾਂਦੀ ਹੈ ਪਹਿਲਾਂ ਉਹ ਕਣਕ ਵੱਢਦੀ ਹੈ ਤੇ ਫਿਰ ਕਣਕ ਨੂੰ ਕੱਢ ਕੇ ਉਸ ਦੀਆਂ ਦੋ ਢੇਰੀਆਂ ਲਾ ਦਿੰਦੀ ਹੈ ਇੱਕ ਦਾਣਿਆਂ ਦੀ ਤੇ ਇੱਕ ਤੂੜੀ ਦੀ ਇਹਨਾਂ ਕਰਨ ਤੋਂ ਬਾਅਦ ਉਹ ਫੇਰ ਕਾਂ ਕੋਲ ਜਾਂਦੀ ਹੈ ਕਾਂ ਵਿਰਾਵੇ ਕਾਂ ਵਿਰਾ ਮੈਂ ਕਣਕ ਵੱਢਣ ਆਈ ਹਾਂ ਕਣਕ ਵੱਢ ਕੇ ਕੱਢ ਵੀ ਆਈ ਹਾਂ ਹੁਣ ਤਾਂ ਜਾ ਤੂੰ ਆ ਲੈ ਆਪਣਾ ਹਿੱਸਾ ਵੰਡਾ ਹਾਏ ਨਹੀਂ ਪੈਣੇ ਮੇਰੀਏ ਮੈਂ ਕਿਤਾ ਤੈਨੂੰ ਤੰਗ ਮੈਨੂੰ ਦੱਸ ਤੇ ਇਹਨੂੰ ਆਵੇ ਸੰਗ ਐ ਕਿ ਮੈਂ ਤੇਰੇ ਨਾਲ ਚੱਲੂ ਅੱਗੇ ਅੱਗੇ ਮੈਂ ਤੇ ਪਿੱਛੇ ਪਿੱਛੇ ਤੂੰ ਕਾਂ ਉੜਦਾ ਹੋਇਆ ਚਿੜੀ ਤੋਂ ਵੀ ਪਹਿਲਾਂ ਖੇਤ ਵਿੱਚ ਪਹੁੰਚ ਜਾਂਦਾ ਹੈ ਤੇ ਦਾਣਿਆਂ ਦੀ ਢੇਰੀ ਤੇ ਕਬਜ਼ਾ ਕਰ ਲੈਂਦਾ ਹੈ ਤੇ ਨਾਲ ਹੀ ਆਪਣਾ ਫੈਸਲਾ ਸੁਣਾਉਂਦਾ ਹੈ ਵੰਡ ਖਾਈਏ ਤੇ ਖੰਡ ਖਾਈਏ ਕਹਿ ਗਏ ਲੋਕ ਸਿਆਣੇ ਦੋ ਢੇਰੀਆਂ ਬਣ ਗਈਆਂ ਇੱਕ ਤੂੜੀ ਤੇ ਇੱਕ ਦਾਣੇ ਇੱਕ ਢੇਰੀ ਵੱਟੀ ਤੇ ਦੂਜੀ ਛੋਟੀ ਢੇਰੀ ਆ ਵੱਡੀ ਢੇਰੀ ਤੇਰੀ ਤੇ ਛੋਟੀ ਢੇਰੀ ਮੇਰੀ ਕਾਂ ਦਾ ਫੈਸਲਾ ਸੁਣ ਕੇ ਚਿੜੀ ਬਹੁਤ ਦੁਖੀ ਹੋ ਜਾਂਦੀ ਹੈ ਕਾਂ ਵਿਰਾਵੇ ਕਾਂ ਵਿਰਾ ਤੂੰ ਮੈਨੂੰ ਦੇ ਕੇ ਤੂੜੀ ਆਪ ਕਣਕ ਰੱਖ ਲਈ ਸਾਰੀ ਹੁਣ ਤੂੰ ਹੀ ਦੱਸ ਵੀਰੇ ਕੀ ਖਾਊਗੀ ਤੇਰੀ ਭੈਣ ਪਿਆਰੀ ਕਾਸੇ ਕਹਿਤਾ ਤੈਨੂੰ ਹੁਣ ਕਰਨਾ ਬਹੁਤੀ ਦੇਰੀ ਇਹ ਵੱਡੀ ਢੇਰੀ ਤੇਰੀ ਤੇ ਛੋਟੀ ਢੇਰੀ ਮੇਰੀ ਚਿੜੀ ਦੀਆਂ ਗੱਲਾਂ ਦਾ ਕਾਂ ਤੇ ਕੋਈ ਅਸਰ ਨਹੀਂ ਹੁੰਦਾ ਚਿੜੀ ਬਹੁਤ ਦੁਖੀ ਤੇ ਨਿਰਾਸ਼ ਹੋ ਜਾਂਦੀ ਹੈ ਤੇ ਰੋਂਦੀ ਹੈ ਕਾਂ ਵਿਰਾਵੇ ਕਾਂ ਵਿਰਾ ਮੈਂ ਬੀਜੀ ਸੀ ਮੈਂ ਗੁੱਜੀ ਸੀ ਮੈਂ ਵੱਡੀ ਸੀ ਮੈਂ ਕੱਡੀ ਸੀ ਹਾਈਵੇ ਵੀਰ ਪਿਆਰਿਆ ਕਿਉਂ ਧੋਖਾ ਦੇ ਕੇ ਮਾਰਿਆ ਚੀੜੀ ਦੇ ਰੋਣ ਦਾ ਵੀ ਕੋਈ ਅਸਰ ਨਹੀਂ ਹੁੰਦਾ ਤੇ ਕਾਂ ਦਾਣਿਆਂ ਦੀ ਢੇਰੀ ਤੇ ਕਬਜ਼ਾ ਕਰੀ ਰੱਖਦਾ ਹੈ ਇੰਨੇ ਚਿਰ ਨੂੰ ਅਸਮਾਨ ਵਿੱਚ ਬੱਦਲ ਛਾ ਜਾਂਦੇ ਹਨ ਹਨੇਰਾ ਛਾ ਜਾਂਦਾ ਹੈ ਤੇ ਤੂਫਾਨ ਆ ਜਾਂਦਾ ਹੈ ਜੋਰ ਦੇ ਤੂਫਾਨ ਦੇ ਵਿੱਚ ਚੀੜੀ ਆਪਣੇ ਤੂੜੀ ਦੇ ਢੇਰ ਵਿੱਚ ਲੁਕ ਜਾਂਦੀ ਹੈ ਤੇ ਆਪਣੇ ਆਪ ਨੂੰ ਤੂਫਾਨ ਤੋਂ ਬਚਾਉਂਦੀ ਹੈ ਦੂਜੇ ਪਾਸੇ ਦਾਣਿਆਂ ਦਾ ਢੇਰ ਦੇ ਵਿੱਚ ਕਾਂ ਲੁਕਣ ਦੀ ਕੋਸ਼ਿਸ਼ ਕਰਦਾ ਹੈ ਪਰ ਦਾਣਿਆਂ ਦੇ ਢੇਰ ਵਿੱਚ ਕਿੱਥੇ ਲੁਕਿਆ ਜਾਂਦਾ ਹੈ ਫਾਂ ਇਸ ਤੂਫਾਨ ਦੇ ਵਿੱਚ ਮਾਰਿਆ ਜਾਂਦਾ ਹੈ ਇਸ ਤਰ੍ਹਾਂ ਕਿਰਤ ਦੀ ਲੁੱਟ ਕਰਨ ਵਾਲੇ ਦਾ ਬੁਰਾ ਅੰਤ ਹੁੰਦਾ ਹੈ ਹੁਣ ਦੋਨੇ ਢੇਰੀਆਂ ਚਿੜੀ ਨੂੰ ਮਿਲ ਜਾਂਦੀਆਂ ਹਨ ਸੋ ਇਹ ਸੀ ਜੀ ਕਹਾਣੀ ਕਾਂ ਤੇ ਚਿੜੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬੱਚਿਓ ਕਮੈਂਟ ਕਰਕੇ ਤੁਸੀਂ ਇਹ ਵੀ ਦੱਸਣਾ ਕਿ ਜਿਸ ਤਰ੍ਹਾਂ ਇਸ ਕਹਾਣੀ ਦਾ ਨਾਟਕ ਦਾ ਨਾਂ ਕਾਂ ਤੇ ਚਿੜੀ ਰੱਖਿਆ ਹੈ ਇਸ ਦੇ ਹੋਰ ਕਿਹੜੇ-ਕਿਹੜੇ ਸਰਲੇਖ ਹੋ ਸਕਦੇ ਹਨ ਇਸ ਵੀਡੀਓ ਦੇ ਕਮੈਂਟ ਸੈਕਸ ਵਿੱਚ ਜਾ ਕੇ ਤੁਸੀਂ ਇਹ ਗੱਲ ਦੱਸ ਸਕਦੇ ਹੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਮਿਹਨਤ ਤੇ ਹੱਕ ਦੀ ਕਮਾਈ ਕਰਨੀ ਤੇ ਖਾਣੀ ਚਾਹੀਦੀ ਹੈ। ਬਹਾਨੇਵਾਜ ਲੋਕਾਂ ਦਾ ਤੇ ਕਿਰਤ ਦੀ ਲੁੱਟ ਕਰਨ ਵਾਲਿਆਂ ਦਾ ਰੱਬ ਵੀ ਸਾਥ ਨਹੀਂ ਦਿੰਦਾ। ਜਿਹੜੇ ਲੋਕ ਹੱਕ ਹਲਾਲ ਦੀ ਕਮਾਈ ਨਾ ਕਰਕੇ ਦੂਜਿਆਂ ਦੀ ਕਮਾਈ ਲੁੱਟ ਕੇ ਖਾਂਦੇ ਹਨ ਉਹਨਾਂ ਦਾ ਹਸ਼ਰ ਬੁਰਾ ਹੁੰਦਾ ਹੈ। ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਇਸ ਨਾਟਕ ਵਿੱਚ ਮੁੱਖ ਪਾਤਰ ਕਿੰਨੇ ਹਨ ਇਸ ਦਾ ਉੱਤਰ ਹੈ ਵੈਸੇ ਤਾਂ ਇਸ ਨਾਟਕ ਵਿੱਚ ਕਈ ਪਾਤਰ ਹਨ ਪਰ ਮੁੱਖ ਪਾਤਰ ਦੋ ਹੀ ਹਨ ਕਾਂ ਤੇ ਚਿੜੀ ਚਿੜੀ ਨੂੰ ਕਿਸ ਚੀਜ਼ ਦਾ ਦਾਣਾ ਲੱਭਿਆ ਇਸ ਦਾ ਉੱਤਰ ਹੈ ਚਿੜੀ ਨੂੰ ਕਣਕ ਦਾ ਦਾਣਾ ਲੱਭਿਆ ਕਣਕ ਕਿਸਨੇ ਬੀਜੀ ਵੱਡੀ ਤੇ ਕੱਡੀ ਚਿੜੀ ਨੇ ਕਣਕ ਬੀਜੀ ਵੱਡੀ ਤੇ ਕੱਡੀ ਤੂੜੀ ਦੀ ਢੇਰੀ ਦੀ ਵੰਡ ਕਿਸ ਨੂੰ ਮਿਲੀ ਤੂੜੀ ਦੀ ਢੇਰੀ ਵੰਡ ਵਿੱਚ ਚਿੜੀ ਨੂੰ ਮਿਲੀ ਕਣਕ ਦੀ ਢੇਰੀ ਵੰਡ ਵਿੱਚ ਕਿਸ ਨੂੰ ਮਿਲੀ ਕਣਕ ਦੀ ਢੇਰੀ ਤੇ ਕਾਂ ਨੇ ਕਬਜ਼ਾ ਕਰ ਲਿਆ ਤੂਫਾਨ ਵਿੱਚ ਕਾਂ ਕਿਉਂ ਮਰ ਗਿਆ ਤੂਫਾਨ ਵਿੱਚ ਕਾਂ ਇਸ ਲਈ ਮਰ ਗਿਆ ਕਿਉਂਕਿ ਉਸ ਨੂੰ ਕਿਧਰੇ ਲੁਕਣ ਲਈ ਥਾਂ ਨਹੀਂ ਸੀ ਮਿਲੀ ਚੀੜੀ ਨੇ ਤੂਫਾਨ ਤੋਂ ਬਚਣ ਲਈ ਕੀ ਕੀਤਾ ਚੀੜੀ ਨੇ ਤੂਫਾਨ ਤੋਂ ਬਚਣ ਲਈ ਆਪਣੇ ਹੀ ਸਿਆਏ ਤੂੜੀ ਦੇ ਢੇਰ ਵਿੱਚ ਲੁਕ ਗਈ ਇਸ ਨਾਟਕ ਵਿੱਚ ਕਿਰਤ ਦੀ ਲੁੱਟ ਕਿਸ ਨੇ ਕੀਤੀ ਇਸ ਨਾਟਕ ਵਿੱਚ ਕਿਰਤ ਦੀ ਲੁੱਟ ਕਾਂ ਨੇ ਕੀਤੀ ਕਾਂ ਤੇ ਚੀੜੀ ਨਾਟਕ ਤੋਂ ਕੀ ਸਿੱਖਿਆ ਮਿਲਦੀ ਹੈ ਇਹ ਨਾਟਕ ਸਾਨੂੰ ਸਿਖਿਆ ਦਿੰਦਾ ਹੈ ਕਿ ਸਾਨੂੰ ਮਿਹਨਤ ਕਰਨ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਮਹਾਨੇਵਾਜ ਲੋਕਾਂ ਦਾ ਕਦੇ ਵੀ ਰੱਬ ਸਾਥ ਨਹੀਂ ਦਿੰਦਾ। ਕਿਰਤ ਲੁੱਟਣ ਵਾਲੇ ਵੇਲੜ ਨੇ ਇੱਕ ਦਿਨ ਮਰਨਾ ਹੀ ਹੁੰਦਾ ਹੈ। ਇਸ ਨਾਟਕ ਦਾ ਲੇਖਕ ਕੌਣ ਹੈ? ਇਹ ਨਾਟਕ ਦਾ ਲੇਖਕ ਇਸ ਨਾਟਕ ਦਾ ਲੇਖਕ ਸੈਮੂਅਲ। ਥੈਂਕਸ ਇਸ। ਪਲੀਜ਼ ਕਮੈਂਟ, ਲਾਈਕ ਐਂਡ ਸ਼ੇਅਰ ਵੀਡੀਓ। ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ।